ਸਸਟੀ ਗਾਲ ਦੀ ਸਾਰਿਆਂ ਨੂੰ ਹੈ ਨਹੀਂ ਮੈਂ ਸੋਚਦੀ ਸੀ ਵੀ ਖਰੇ ਸਾਡੇ ਘਰਾਂ ਵਿੱਚ ਹੀ ਕੋਤਕਲੇਸ਼ ਹੁੰਦਾ ਹੈ ਹੈ ਨਹੀਂ ਵੱਡੇ ਵੱਡੇ ਦੇ ਘਰਾਂ ਵਿੱਚ ਵੀ ਕੋਤਕਲੇਸ਼ ਹੁੰਦਾ ਹੈ ਪਰ ਉਹ ਗੱਲ ਵੱਖਰੀ ਆ ਵੀ ਉਹ ਉਹਨਾਂ ਨੂੰ ਉਹਨਾਂ ਕੋ ਪੈਸਾ ਆਇਆ ਤੇ ਉਲਕੋ ਲੈੰਦੇ ਨੇ ਗੱਲਾਂ ਸਾਡੇ ਵਰਗੇ ਦੀ ਉਜਾਰ ਹੋ ਜਾਂਦੀਆਂ ਨੇ ਜਿੰਨਾ ਵੀ ਕੋਤਕਲੇਸ਼ ਹੁੰਦਾ ਹੁਣ ਵਿਆਹ ਨਹੀਂ ਆਇਆ ਗੰਬਾਨ ਨਹੀਂ ਹੋਣਾ ਤੇ ਕਰੇ ਉਹਨਾਂ ਨੇ ਪਹਿਲਾਂ ਪਿਛਲੇ ਸਾਲ ਵੱਡੇ ਮੁੰਡੇ ਦਾ ਕੀਤਾ ਸੀ ਤੇ ਹੁਣ ਨਾ ਤੇ ਨਿੱਕੇ ਮੁੰਡੇ ਦਾ ਵਿਆਹ ਆਇਆ ਹਾਂ ਤੇ ਉਹਨਾਂ ਨੇ ਐਰ ਕੀ ਮਨ ਲਾਦਾ ਪਿਛਲੇ ਵਾਰੀ ਬਣਾ ਉਹਨਾਂ ਦੇ ਘਰੇ ਕਲੇਸ਼ ਹੋਇਆ ਹਣਾ ਰਿਸ਼ਤਿਆਂ ਨਾਲ ਕਲੇਸ਼ ਕੀਤਾ ਹਣਾ ਤੇ ਉਹਨਾਂ ਨੇ ਐਰ ਕੀ ਚੁੱਕ ਕੇ ਤੇ ਬਾਹਰੋਂ ਸਾਰੇ ਪਰੌਣੇ ਸਾਧ ਲੈਨੇ ਉਹਨਾਂ ਨੇ ਸਾਰੇ ਪਰੌਣੇ ਬਾਹਰੋਂ ਸਾਧ ਲੈਨੇ ਵੀ ਜਾਬੀ ਨੇ ਬੇੜੋਂ ਪਰ ਕੁੱਤ ਕਲੇਸ਼ ਦਾ ਹੋਈ ਹੋਣੀ ਉਹ ਗੱਲ ਹਣਾ ਜਿਵੇਂ ਆਪਣੇ ਘਰਾਂ ਚ ਹੋ ਜਾਂਦੀ ਆ ਕਦੀ ਕੋਈ ਰੋਸ ਸ ਗਿਆ ਕਦੀ ਕੋਈ ਰੋਸ ਸ ਗਿਆ ਤੇ ਉਹਨਾਂ ਨੇ ਚੁੱਕ ਕੇ ਸਾਰੇ ਪਰੌਣੇ ਬਾਹਰੋਂ ਸਾਧ ਲੈਨੇ ਨਾਲੇ ਤਾਂ ਟੌਰ ਦੀ ਟੌਰ ਤਨਾਲੇ ਕੋਤਕਲੇਸ਼ ਨਹੀਂ ਕੋਈ ਬਾਹਰ ਨਾਲ ਕੋੜਾ ਲੜਨਾ ਹੁੰਦਾ ਅਗਲੇ ਨਾਲ ਐ ਵਧੀਆ ਨੱਚ ਨੁੱਚ ਕੇ ਗਏ ਨੇ ਤੇ ਐ ਵਧੀਆ ਨਾਲ ਗਿਫਟ ਦੇ ਕੇ ਗਏ ਨੇ ਮਹਿੰਗੇ ਮਹਿੰਗੇ ਉਹਨਾਂ ਨੂੰ ਹੈਨਾ ਤੇ ਨਾਲੇ ਵਿਆਹ ਵਧੀਆ ਨਾਲੇ ਟੌਰ ਬਣ ਗਈ ਵੀ ਅਮੀਰਾਂ ਦੇ ਕਰੇ ਵਿਆਹ ਚੱਲਦਾ ਪਰ ਤੇ ਬਾਹਰੋਂ ਪਰੌਣੇ ਆਏ ਨੇ ਹਰ ਤੇ ਆ ਵਧੀਆ ਚੀਜ਼ ਹੈ ਨਾ ਮੈਂ ਤਾਂ ਆਪ ਸੋਚਦੀ ਆ ਵੀ ਹੈ ਨਹੀਂ ਆਹ ਤਾਂ ਵਧੀਆ ਚੀਜ਼ ਆ ਇਹਨਾਂ ਦੇ ਕਰੇ ਜਿਹੜਾ ਕੋਤਕਲੇਸ਼ ਹੁੰਦਾ ਨਾ ਬੰਦਾ ਇੰਨਾ ਕੁ ਤੇ ਅਮੀਰ ਹੋਣਾ ਚਾਹੀਦਾ ਕਿ ਬੰਦਾ ਬਾਹਰ ਹੈ ਬਾਹਰਲੇ ਮੁਲਕ ਦੇ ਵਿੱਚੋਂ ਪਰੌਣੇ ਸੱਦੇ ਜਿਹੜੇ ਜਾਣ ਪਛਾਣ ਦੇ ਨਹੀਂ ਹੁੰਦੇ ਕਿ ਟੌਰ ਦਿ ਟੌਰ ਨਾਲੇ ਵੀ ਬਾਹਰਲੇ ਮੁਲਕ ਚੋਂ ਆਏ ਆ ਇਹਨਾਂ ਨੂੰ ਅੰਦਰੋਂ ਪਤਾ ਤਾਂ ਲੱਗ ਜੇ ਜਿਹੜੇ ਰੋਸ ਰੋਸ ਬੈਨਦੇ ਨੇ ਵਿਆਹਾਂ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਜੇ ਵੀ ਨਹੀਂ ਰੋਸਣਾ ਅਗਲੇ ਵਿਆਹ ਤੇ ਉਹਨਾਂ ਨੇ ਪਿਛਲੇ ਵਿਆਹ ਤੇ ਬਾਹਰੋਂ ਸਾਧਲੇ ਸੀਗੇ ਹਾਂ ਮੈਂ ਤਾਂ ਆ ਸੋਚਦੀ ਆ ਵੀ ਇੰਸਟਾਗ੍ਰਾਮ ਵਾਲਿਆਂ ਨੂੰ 2 ਲੱਖ ਇੰਸਟਾ ਦਾ ਹੈਗਾ ਤੇ ਲੱਖ 2 ਲੱਖ ਹੈਗਾ ਉਧਰਲੇ ਬੰਨੇ YouTube ਵਾਲੇ ਬੰਨੇ ਹੈਗੇ ਨੇ ਤੇ ਸਾਰੇ ਇਕੱਠੇ ਕਰਕੇ ਨਾ Facebook ਵਾਲੇ ਆਦੇ ਮੁੰਡੇ ਦੇ ਵਿਆਹ ਦੇ ਸੱਦਾਂਗੇ